ਹਾਂ ਦੋਸਤੋ, ਸਪਾਊਸ ਵੀਜ਼ਾ ਦੇ ਬਾਰੇ ਅਗਰ ਕਿਸੇ ਨੇ ਕੋਈ ਟ੍ਰੇਨਿੰਗ ਲੈਣੀ ਹੈ, ਕਿਉਂਕਿ ਤੁਹਾਡਾ ਅਗਰ ਇੰਟਰਵਿਊ ਆਇਆ ਹੈ, ਡੈਟ ਮੀਨਸ ਤੁਸੀਂ ਮੰਨ ਕੇ ਚੱਲੋ ਕਿ ਵੀਜ਼ਾ ਅਫਸਰ ਇੱਕ ਆਪਣੇ ਆਪ ਨੂੰ ਸੈਟਿਸਫਾਈ ਕਰਨਾ ਚਾਹੁੰਦਾ ਕਿ ਤੁਹਾਡੀ ਜਿਹੜੀ ਮੈਰਿਜ ਇੱਕ ਮੈਰਿਜ ਆਫ ਕਨਵੀਨੀਅੰਸ ਨਹੀਂ ਹੈ, ਮੈਰਿਜ ਜੈਨੂਇਨ ਹੈ, ਬੋਨਾਫਾਈਡ ਠੀਕ ਹੈ, ਅਤੇ ਤੁਸੀਂ ਜਿਹਨਾਂ ਤੋਂ ਫਾਈਲ ਲਗਵਾਈ ਹੈ, ਜਿਹੜਾ ਵੀਜ਼ਾ ਕੰਸਲਟੈਂਟ ਜਾਂ ਇਮੀਗ੍ਰੇਸ਼ਨ ਲੋਇਰ ਜਾਂ ਕਿਸੇ ਟਰੈਵਲ ਏਜੰਟ, ਉਹਨਾਂ ਨੂੰ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਮੈਨੂੰ ਟ੍ਰੇਨਿੰਗ ਦਿਓ। ਅਗਰ ਜੇ ਤੁਹਾਨੂੰ ਟ੍ਰੇਨਿੰਗ ਨਹੀਂ ਮਿਲਦੀ, ਦੈਨ ਆਈ ਐਮ ਆਫਰਿੰਗ ਦਿਸ ਟ੍ਰੇਨਿੰਗ ਟੂ ਯੂ ਬਿਫੋਰ ਇੰਟਰਵਿਊ। ਇੱਕ ਮਹੀਨਾ ਪਹਿਲਾਂ ਜੇ ਤੁਹਾਨੂੰ ਚਿੱਠੀ ਆ ਗਈ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਤੁਹਾਨੂੰ ਮੈਂ ਇੱਕ ਮੌਕ ਇੰਟਰਵਿਊ ਕਰਕੇ ਤੁਹਾਨੂੰ ਟ੍ਰੇਨਿੰਗ ਦਿਆਂਗਾ, ਅਤੇ ਉਸ ਟ੍ਰੇਨਿੰਗ ਵਿੱਚ ਤੁਹਾਨੂੰ ਤੁਹਾਡੇ ਜਿਹੜੇ ਡਾਊਟਸ ਕਲੀਅਰ ਹੋ ਜਾਣਗੇ ਕਿ ਵੀ ਕਿਹੜੇ ਕੁਐਸਚਨਸ ਆ ਸਕਦੇ ਹੈ, ਕਿਹੋ ਜਿਹਾ ਜਵਾਬ ਦੇਣਾ ਹੈ, ਅਤੇ ਕਿਸ ਤਰ੍ਹਾਂ ਆਪਣੀ ਸਿਚੁਏਸ਼ਨ ਨੂੰ ਬੈਸਟ ਪ੍ਰੈਜੈਂਟ ਕਰਨਾ ਹੈ ਜਿਹਦੇ ਕਰਕੇ ਤੁਹਾਨੂੰ ਵੀਜ਼ਾ ਮਿਲਦਾ ਹੈ। ਅਤੇ ਅਗਰ ਜੇ ਇੰਟਰਸਟਿਡ ਹੋ ਤਾਂ ਜ਼ਰੂਰ ਡੈਫੀਨੇਟਲੀ ਯੂ ਕੈਨ ਕੰਟੈਕਟ ਮੀ, ਮੇਰਾ ਵਟਸਐਪ 'ਤੇ ਨੰਬਰ ਅਤੇ ਰੈਗੂਲਰ ਈਮੇਲ ਐਡਰੈਸ ਵਾਲਾ ਦਿੱਤਾ ਹੋਇਆ ਥੱਲੇ, ਅਤੇ ਕੰਟੈਕਟ ਕਰ ਸਕਦੇ ਹੋ, ਅਤੇ ਦੈਨ ਵੀ ਕੈਨ ਸਕੈਜੂਲ ਅ ਸੈਸ਼ਨ। ਥੈਂਕ ਯੂ।